ਪੰਜਾਬੀ ਇੰਡਸਟਰੀ ਦੇ ਸਿੰਗਰ ਸਿੱਧੂ ਮੂਸੇਵਾਲਾ ਤੇ ਗੈਰੀ ਸੰਧੂਨਾ ਇੰਡਸਟਰੀ ਦੇ ਅਜਿਹੇ ਨਾਮ ਨੇ ਜੋ ਅਕਸਰ ਆਪਣੇ ਸਟੇਟਮੈਂਟਸ ਕਰਕੇ ਹਮੇਸ਼ਾ ਕੰਟਰੋਵਰਸੀਸ ਦੇ ਵਿੱਚ ਰਹਿੰਦੇ ਨੇ, ਪਰ ਸ਼ਾਇਦ ਇਹ ਪਹਿਲੀ ਵਾਰੀ ਹੋਏਗਾ ਕਿ ਉਹਨਾਂ ਦੋਵਾਂ ਦਾ ਨਾਮ ਨਾ ਇਕੱਠਿਆਂ ਸਾਹਮਣੇ ਆ ਗਿਆ। ਤੇ ਕੰਟਰੋਵਰਸੀ ਸਿੱਧੂ ਮੂਸੇਵਾਲਾ ਦੇ ਰੀਸੈਂਟ ਲਾਈਫ ਤੇ ਗੈਰੀ ਸੰਧੂ ਦਾ ਇੱਕ ਸਟੇਟਮੈਂਟ ਜੋ ਉਹਨਾਂ ਨੇ ਮਈ 2021 ਦੇ ਵਿੱਚ ਦਿੱਤਾ ਸੀ ਉਸ ਨਾਲ ਜੋੜਿਆ ਵੀ ਜਾ ਰਿਹਾ। ਸੋ ਤੁਹਾਨੂੰ ਦੱਸ ਦਈਏ ਕਿ ਅਕਸਰ ਇਹ ਹੈ ਕੀ ਆ। ਦਰਅਸਲ ਮਈ 2021 'ਚ ਗੈਰੀ ਸੰਧੂ ਨੇ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਸੀ ਕਿ ਜ਼ਿਆਦਾ ਡਰਿੰਕ ਕਰਨ ਦੇ ਨਾਲ ਅਤੇ ਹੋਰ ਕਈ ਸਾਰੇ ਰੀਜ਼ਨਸ ਕਰਕੇ ਉਹਨਾਂ ਦੀ ਆਵਾਜ਼ ਖਰਾਬ ਹੋ ਗਈ ਹੈ। ਗੈਰੀ ਸੰਧੂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਸ ਕੋਲ ਹੁਣ ਕੁਝ ਰਿਕਾਰਡਿਡ ਸੌਂਗਸ ਪਏ ਨੇ ਪਰ ਸ਼ਾਇਦ ਇਹ ਉਸ ਦੇ ਆਖਰੀ ਗੀਤ ਹੋਣਗੇ। ਪਰ ਬਾਅਦ ਵਿੱਚ ਗੈਰੀ ਸੰਧੂ ਨੇ ਆਪਣੇ ਕਈ ਸਾਰੇ ਸੌਂਗਸ ਵੀ ਰਿਲੀਜ਼ ਕੀਤੇ ਸੀ ਅਤੇ ਇੱਕ ਐਲਬਮ ਵੀ ਰਿਲੀਜ਼ ਕੀਤੀ ਸੀ ਜਿਸ ਦਾ ਨਾਮ ਸੀ ਅੱਧੀ ਟੇਪ। ਅਤੇ ਹੁਣ ਇਹ ਗੱਲ ਕਿਵੇਂ ਸਿੱਧੂ ਮੂਸੇਵਾਲਾ ਦੀ ਕੰਟਰੋਵਰਸ਼ੀਅਲ ਸਟੇਟਮੈਂਟ ਨਾਲ ਜੁੜਦੀ ਹੈ ਇਹ ਵੀ ਦੱਸ ਦਿੰਦੇ ਹਾਂ। ਹਾਲ ਹੀ 'ਚ ਸਿੱਧੂ ਮੂਸੇਵਾਲਾ ਨੇ ਆਪਣੇ ਓਫੀਸ਼ੀਅਲ ਹੈਂਡਲ ਤੋਂ ਇੱਕ ਲਾਈਵ ਕੀਤਾ ਸੀ ਅਤੇ ਲਾਈਵ ਦੇ ਦੌਰਾਨ ਉਹਨਾਂ ਨੇ ਆਪਣੇ ਅਪਕਮਿੰਗ ਸੌਂਗਸ ਦੇ ਬਾਰੇ ਤਾਂ ਓਬਵੀਅਸਲੀ ਅਪਡੇਟ ਦਿੱਤੀ ਸੀ ਅਤੇ ਨਾਲ ਦੀ ਨਾਲ ਖੁਲਾਸਾ ਵੀ ਕੀਤਾ ਸੀ ਕਿ ਉਹਨਾਂ ਦਾ ਨਾ ਹਾਲ ਹੀ ਦੇ ਵਿੱਚ ਸੌਂਗਸ ਦੇ ਵਿੱਚ ਉੱਤੇ ਕੰਮ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦੀ ਵੋਕਲ ਕੋਰਡਸ ਨਾ ਖਰਾਬ ਹੋ ਗਏ ਨੇ। ਸਿੱਧੂ ਨੇ ਕਿਹਾ ਕਿ ਉਹਦੇ ਗਲੇ 'ਚ ਸਵੈਲਿੰਗ ਵੀ ਹੈ ਅਤੇ ਉਹ ਬੋਲ ਵੀ ਨਹੀਂ ਸਕਦੇ, ਪਰ ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਪਰ ਹੁਣ ਉਹ ਠੀਕ ਠਾਕ ਨੇ। ਪਰ ਆਪਣੀ ਹੈਲਥ ਇਸ਼ੂਜ਼ ਦੱਸਣ ਤੋਂ ਜ਼ਿਆਦਾ ਬਾਅਦ ਸਿੱਧੂ ਨੇ ਕੁਛ ਅਜਿਹਾ ਬੋਲਤਾ ਜਿਸ ਨੂੰ ਫੈਨਸ ਗੈਰੀ ਸੰਧੂ ਦੀ ਕਹੀ ਹੋਈ ਗੱਲ ਦੇ ਨਾਲ ਜੋੜ ਕੇ ਓਬਵੀਅਸਲੀ ਦੇਖ ਰਹੇ ਨੇ। ਅਤੇ ਸਿੱਧੂ ਨੇ ਕਿਹਾ ਸੀ ਕਿ ਆਪਣੀ ਸਿੰਗਿੰਗ ਬਾਰੇ ਪਹਿਲਾਂ ਕੁਝ ਵੀ ਰਿਵੀਲ ਨਹੀਂ ਕੀਤਾ ਮੈਂ ਕਿਉਂਕਿ ਕਲਾਕਾਰ ਵਾਂਗੂ ਨਾ ਸਿੰਪਤੀ ਲੈਣਾ ਨਹੀਂ ਚਾਹੁੰਦਾ, ਜੋ ਪਹਿਲਾਂ ਇਹ ਦਾਅਵਾ ਕਰ ਦੇਣਾ ਹੈ ਕਿ ਉਹ ਹੁਣ ਗਾ ਨਹੀਂ ਸਕਦੇ ਅਤੇ ਫਿਰ ਬਾਅਦ ਵਿੱਚ ਕਈ ਸਾਰੇ ਸੌਂਗਸ ਵੀ ਰਿਲੀਜ਼ ਕਰ ਦਿੰਦੇ ਨੇ। ਹਾਲਾਂਕਿ ਸਿੱਧੂ ਨੇ ਕਿਸੇ ਦਾ ਨਾਮ ਨਹੀਂ ਮੈਨਸ਼ਨ ਕੀਤਾ, ਪਰ ਜਿਵੇਂ ਕਿ ਫੈਨਸ ਓਬਵੀਅਸਲੀ ਸਮਾਰਟ ਹੁੰਦੇ ਨੇ ਅਤੇ ਉਹ ਗੈਰੀ ਸੰਧੂ ਦੇ ਸਟੇਟਮੈਂਟਸ ਦੇ ਨਾਲ ਨਾ ਇਸ ਨੂੰ ਜੋੜ ਕੇ ਦੇਖ ਰਹੇ ਨੇ ਅਤੇ ਕਿਆਸ ਵੀ ਲਗਾ ਰਹੇ ਨੇ ਕਿ ਹੋ ਨਾ ਹੋ ਇਹ ਸਿੱਧੂ ਮੂਸੇਵਾਲਾ ਨੇ ਗੈਰੀ ਸੰਧੂ ਨੂੰ ਹੀ ਕਹੀ ਹੈ। ਸੋ ਆਓ ਇੱਕ ਵਾਰੀ ਚੈੱਕ ਕਰ ਲੈਂਦੇ ਖੁਦ ਬ ਖੁਦ ਕੀ ਕਿਹਾ ਹੈ ਗੈਰੀ ਸੰਧੂ ਐਂਡ ਸਿੱਧੂ ਮੂਸੇਵਾਲਾ ਨੇ ਆਪਣੀ ਲਾਈਵ 'ਚ। ਮੈਨੂੰ ਲਾਸਟ ਈਅਰ ਕਰੋਨਾ ਹੋਇਆ ਸੀ, ਮੈਂ ਫਿਰ ਇੱਕ ਵਾਰੀ ਗੱਲ ਕਲੀਅਰ ਕਰਨਾ ਚਾਹੁੰਦਾ। ਉਦੋਂ ਬਾਅਦ ਮੈਂ ਕਈ ਵਾਰੀ ਸਟੂਡੀਓ ਗਿਆ, ਨਹੀਂ ਗੱਲ ਬਣਦੀ, ਗਲਾ ਨਹੀਂ ਚੱਲ ਰਿਹਾ, ਯਾਨੀ ਕਿ ਆਵਾਜ਼ ਬਿਲਕੁਲ ਜਾ ਚੁੱਕੀ ਹੈ। ਅਤੇ ਹੁਣ ਇਸ਼ਕ ਗਾਣਾ ਅਤੇ 4-5 ਹੋਰ ਗਾਣੇ ਮੈਂ ਕਰੋਨਾ ਤੋਂ ਪਹਿਲਾਂ ਹੀ ਰਿਕਾਰਡ ਕੀਤੇ ਸੀ। ਸ਼ਾਇਦ 4-5 ਹੀ ਗਾਣੇ ਮੇਰੇ ਹੁਣ ਮੇਰੀ ਜ਼ਿੰਦਗੀ ਦੇ ਲਾਸਟ ਹੀ ਗਾਣੇ ਲੱਗਦੇ ਮੈਨੂੰ, ਅਤੇ ਸੁਣ ਲਿਓ ਜ਼ਰੂਰ। 5 ਮਹੀਨਿਆਂ ਤੋਂ ਅਤੇ ਮੇਰਾ ਗਲਾ ਬਿਲਕੁਲ ਹੀ ਬੰਦ ਹੀ ਹੋ ਗਿਆ ਸੀ, ਇੱਕ ਤਰ੍ਹਾਂ ਦਾ ਆਵਾਜ਼ ਨਿਕਲਣੋਂ ਹਟ ਗਈ ਸੀ। ਈਵਨ ਆਈ ਕੈਨ ਸਪੀਕ, ਮੈਂ ਤਾਂ ਬੋਲਿਆ ਵੀ ਨਹੀਂ ਸੀ ਜਾਂਦਾ, ਪਰ ਹੁਣ ਮੈਂ ਤੁਹਾਡੀਆਂ ਦੁਆਵਾਂ ਨਾਲ ਬਿਲਕੁਲ ਠੀਕ ਹਾਂ। ਅਤੇ ਮੈਂ ਉਹ ਤਾਂ ਕਰਕੇ ਨਹੀਂ ਦੱਸਣਾ ਚਾਹੁੰਦਾ ਵੀ ਕਈ ਵਾਰੀ ਬੰਦੇ ਨਹੀਂ ਦੋ ਇਹਦੇ ਸਿੰਪਤੀ ਲੈਣ ਵਾਸਤੇ ਮੇਰੀ ਆਵਾਜ਼ ਨਿਕਲਦੀ, ਹੁਣ ਮੈਂ ਕਦੇ ਗਾ ਨਹੀਂ ਸਕਦਾ, ਮੁੜ ਕੇ ਫਿਰ ਗਾਣੇ ਕੱਢੀ ਜਾਂਦੇ ਨੇ, ਉਹੋ ਜਿਹਾ ਕੁਛ ਨਹੀਂ ਕਰਨਾ ਮੈਂ। ਸੋ ਮੇਰਾ ਥੋੜ੍ਹਾ ਜਿਹਾ ਹੋ ਗਿਆ ਸੀ ਗਲੇ, ਸਾਰਿਆਂ ਨੂੰ ਜਿਹੜੇ ਆਪਾਂ ਗਾਉਣ ਵਾਲੇ ਬੰਦਿਆਂ ਜਾਂ ਕੋਈ ਵੀ ਬੋਲਦਾ ਉੱਚੀ ਬੋਲਣ ਵਾਲੇ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ, ਸੋ ਵੋਕਲ ਕੋਰਡ ਸਵੈਲ ਹੋ ਜਾਂਦੀ ਹੈ, ਗਲਾ ਬੰਦ ਹੋ ਜਾਂਦਾ। ਅਤੇ ਹੁਣ ਮੈਂ ਠੀਕ ਹਾਂ ਅਤੇ ਬਾਕੀ ਤਕੜੇ ਰਿਹੋ। ਕੋਈ ਮੈਦਾਨ ਜਿਹੜੇ ਮੈਦਾਨ ਦੇ ਵਿੱਚ ਮੈਂ ਐਂਟਰ ਹੁੰਦਾ ਮੈਂ ਕਦੇ ਇੱਦਾਂ ਹੀ ਨਹੀਂ ਛੱਡ ਕੇ ਜਾਂਦਾ, ਚਾਹੇ ਉਹ ਕੋਈ ਵੀ ਪਿੜ ਹੋਵੇ, ਚਾਹੇ ਉਹ ਅਗਰ ਉਹ ਰਾਜਨੀਤਿਕ ਪਿੜ ਹੋਵੇ, ਚਾਹੇ ਕਲਾਕਾਰੀ ਜੇ ਕਲਾਕਾਰੀ ਨੇ ਮੈਨੂੰ ਇੰਨਾ ਨਾਮ ਦਿੱਤਾ, ਰੋਟੀ ਦਿੱਤੀ ਹੈ, ਅਤੇ ਤਕੜੇ ਰਿਹੋ ਬਾਕੀ ਸਾਰੇ।